औरतां नूं तनखाहां घट मिलण दे चलदिआं देश दी प्रधानमंत्री ही चले गई हड़ताल दे उपर। जेकर नहीं मिलणगे सानूं हक तां असीं घर दे कम तों लै बच्चिआं तक दी वी नहीं करांगे देखभाल। अजिहे की कारण रहे ने कि जिथे देश दी प्रधानमंत्री तक गई हड़ताल उत्ते जाणो इस खास रिपोर्ट दे विच। जेकर औरत ते मर्द बराबर दा काम करदे ने ते उहनां दी तनखाह भी बराबर दी होनी चाहीदी है। इह मुद्दा भारत दा ही नहीं सगो दुनिया दा है, जिथे कि असीं आम तौर ते बॉलीवुड इंडस्ट्रीज दे ਜਿਹੜੇ ਇੰਟਰਵਿਊਸ ਦੇਖਦੇ ਹਾਂ, ਚਾਹੇ ਉਹ ਹਾਲੀਵੁੱਡ ਦੇ ਵੀ ਹੋਣ, ਉਸ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਬਾਲੀਵੁੱਡ ਐਕਟ੍ਰੈਸਿਸ ਹੈ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਮੁਤਾਬਿਕ ਤਨਖਾਹ ਨਹੀਂ ਮਿਲਦੀ, ਸਗੋਂ ਜਿਹੜੇ ਕਹਿ ਲਈਏ ਜਿਹੜੇ ਉਹਨਾਂ ਦੇ ਮੇਲ ਸੈਲੀਬ੍ਰਿਟੀਜ਼ ਨੇ ਜਾਂ ਫਿਰ ਕੁਲੀਗਸ ਨੇ ਉਹਨਾਂ ਨੂੰ ਵੱਧ ਤਨਖਾਹ ਮਿਲਦੀ ਹੈ। ਇਸ ਦੇ ਨਾਲ ਜੁੜੀ ਹੋਈ ਇੱਕ ਵੱਡੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਵੀ ਤਨਖਾਹ ਨੂੰ ਲੈ ਕੇ ਹੜਤਾਲ ਤੇ ਚਲੇ ਗਈ ਜੈਂਡਰ ਇਕੁਐਲਿਟੀ ਦੇ ਮਾਮਲੇ ਦੇ ਵਿੱਚ। ਜੀ ਹਾਂ, ਦੱਸ ਦਈਏ ਕਿ ਪੂਰੀ ਦੁਨੀਆ ਦੀ ਨਿਗਾਹਾਂ ਐਸੇ ਦੇਸ਼ ਤੇ ਬਣੀ ਹੋਈ ਸੀ। ਇਹ ਦੇਸ਼ ਜਿਹੜਾ ਹੈ ਕਾਫੀ ਸਰਗਰਮ ਰਹਿੰਦਾ ਹੈ ਜੈਂਡਰ ਇਕੁਐਲਿਟੀਜ਼ ਨੂੰ ਲੈ ਕੇ ਤੇ ਅਜਿਹੇ ਚਲੰਤ ਮੁੱਦਿਆਂ ਨੂੰ ਲੈ ਕੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਲਿੰਗ ਅਸਮਾਨਤਾ ਦੇ ਮਾਮਲਿਆਂ ਨੂੰ ਲੈ ਕੇ। ਕਈ ਵਾਰ ਦੇਸ਼ ਦੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਕਿ ਪੀਐਮ ਤੱਕ ਨੂੰ ਵੀ ਹੜਤਾਲ ਤੇ ਜਾਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਆਇਰਲੈਂਡ ਤੋਂ, ਜਿੱਥੇ ਕਿ ਆਇਰਲੈਂਡ ਦੀਆਂ ਔਰਤਾਂ ਇੱਕ ਦਿਨ ਦੇ ਲਈ ਹੜਤਾਲ ਦੇ ਉੱਪਰ ਚਲੇ ਗਈਆਂ, ਜਿਸ ਦੇ ਵਿੱਚ ਪੀਐਮ ਵੀ ਸ਼ਾਮਿਲ ਸੀ। ਇਸ ਦੇ ਨਾਲ ਹੀ ਇੱਕ ਵੱਡੇ ਮੀਡੀਆ ਅਦਾਰਿਆਂ ਦੇ ਵਿੱਚ ਰਿਪੋਰਟਾਂ ਛਪੀਆਂ, ਜਿਸ ਮੁਤਾਬਿਕ ਹੜਤਾਲ ਉੱਤੇ ਗਈ ਔਰਤਾਂ ਨੇ ਕਿਹਾ ਹੈ ਕਿ ਉਹ ਘਰ ਦੇ ਅੰਦਰ ਜਾਂ ਬਾਹਰ ਕੋਈ ਵੀ ਕੰਮ ਨਹੀਂ ਕਰਨਗੀਆਂ। 24 ਅਕਤੂਬਰ ਨੂੰ ਹੜਤਾਲ ਦੇ ਵਿੱਚ ਹਿੱਸਾ ਲੈਂਦਿਆਂ ਆਇਰਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨਾ ਜੈਕ ਬੋਸ ਡਿਟਰ ਨੇ ਕਿਹਾ ਹੈ ਕਿ ਉਹ ਇਹ ਕੰਮ ਨਹੀਂ ਕਰਨਗੀਆਂ। ਆਇਰਲੈਂਡ ਦੀਆਂ ਔਰਤਾਂ ਦੀ ਇਹ ਹੜਤਾਲ ਮਰਦਾਂ ਦੇ ਬਰਾਬਰ ਤਨਖਾਹ ਨਾ ਮਿਲਣ ਯਾਨੀ ਤਨਖਾਹ ਅਸਮਾਨਤਾ ਅਤੇ ਲਿੰਗਿਕ ਹਿੰਸਾ ਦੇ ਵਿਰੋਧ ਦੇ ਵਿੱਚ ਸੀ। ਇਸ ਨਾਲ ਹੀ ਪ੍ਰਧਾਨ ਮੰਤਰੀ ਕੈਟਰੀਨਾ ਦਾ ਕਹਿਣਾ ਹੈ ਕਿ ਉਹ ਔਰਤਾਂ ਦੀਆਂ ਹੜਤਾਲ ਦੇ ਵਿੱਚ ਹਿੱਸਾ ਲੈਂਦੇ ਹੋਏ ਘਰ ਦੇ ਵਿੱਚ ਹੀ ਰਹੇਗੀ ਤੇ ਨਾਲ ਹੀ ਉਮੀਦ ਜਤਾਈ ਹੈ ਕਿ ਉਹਨਾਂ ਦੀ ਮੰਤਰੀ ਮੰਡਲ ਦੇ ਵਿੱਚ ਹੋਰ ਔਰਤਾਂ ਵੀ ਅਜਿਹਾ ਹੀ ਕਰਨਗੀਆਂ। ਇਸ ਹੜਤਾਲ ਦੇ ਵਿੱਚ ਮੁੱਖ ਤੌਰ ਉੱਤੇ ਆਇਰਲੈਂਡ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਹੈ। ਔਰਤਾਂ ਨੂੰ 24 ਅਕਤੂਬਰ ਨੂੰ ਘਰੇਲੂ ਕੰਮ ਸਮੇਤ ਕਈ ਤਰ੍ਹਾਂ ਦੀਆਂ ਤਨਖਾਹਾਂ ਵਾਲਾ ਜਾਂ ਫਿਰ ਬਿਨਾਂ ਤਨਖਾਹ ਵਾਲਾ ਕੰਮ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਅਪੀਲ ਔਰਤਾਂ ਸਮੇਤ ਗੈਰ ਬਾਈਨਰੀ ਲੋਕਾਂ ਨੂੰ ਵੀ ਕੀਤੀ ਗਈ ਸੀ, ਜੋ ਗੈਰ ਬਾਈਨਰੀ ਲੋਕਾਂ ਤੋਂ ਭਾਵ ਹੈ ਜੋ ਇਹਨਾਂ ਦੋਵਾਂ ਸ਼੍ਰੇਣੀ ਯਾਨੀ ਕਿ ਮਰਦ ਜਾਂ ਫਿਰ ਔਰਤਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਨਹੀਂ ਆਉਂਦੇ। ਇਸ ਹੜਤਾਲ ਦੇ ਨਤੀਜੇ ਵਜੋਂ ਆਇਰਲੈਂਡ ਦੇ ਵਿੱਚ ਵਰਚੁਅਲ ਬੰਦ ਹੋ ਗਿਆ, ਸਕੂਲ ਬੰਦ ਹੋ ਗਏ, ਜਨਤਕ ਆਵਾਜਾਈ ਵਿੱਚ ਦੇਰੀ, ਹਸਪਤਾਲਾਂ ਦੇ ਵਿੱਚ ਸਟਾਫ ਦੀ ਘਾਟ, ਹੋਟਲਾਂ ਦੇ ਵਿੱਚ ਸਟਾਫ ਦੀ ਘਾਟ, ਇੱਥੋਂ ਤੱਕ ਕਿ ਨਿਊਜ਼ ਚੈਨਲਾਂ ਉੱਤੇ ਪੁਰਸ਼ ਨਿਊਜ਼ ਐਂਕਰ ਹੀ ਐਲਾਨ ਕਰਦੇ ਹੋਏ ਨਜ਼ਰ ਆਏ। ਉਹ ਖੇਤਰ ਜਿੱਥੇ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਵੇਂ ਕਿ ਸਿਹਤ ਸੰਭਾਲ, ਸਿੱਖਿਆ, ਇਸ ਹੜਤਾਲ ਦੇ ਨਾਲ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਹੋਏ। ਇਸ ਤੋਂ ਪਹਿਲਾਂ ਵੀ 1975 ਦੇ ਵਿੱਚ ਅਜਿਹੀ ਹੜਤਾਲ ਹੋ ਚੁੱਕੀ ਹੈ। ਦੱਸ ਦਈਏ ਕਿ 48 ਸਾਲਾਂ ਪਹਿਲਾਂ ਆਇਸਲੈਂਡ ਦੀਆਂ ਔਰਤਾਂ ਨੇ ਵੱਲੋਂ ਅਜਿਹਾ ਹੀ ਹੜਤਾਲ ਕੀਤੀ ਗਈ ਸੀ, ਮਿਤੀ 24 ਅਕਤੂਬਰ 1975 ਦੇ ਵਿੱਚ। ਹੜਤਾਲ ਦਾ ਕਾਰਨ ਕੰਮ ਵਾਲੀਆਂ ਥਾਂ ਉੱਤੇ ਔਰਤਾਂ ਦੇ ਨਾਲ ਵਿਤਕਰਾ ਸੀ। ਉਸ ਸਮੇਂ ਆਇਰਲੈਂਡ ਦੀਆਂ 90% ਔਰਤਾਂ ਨੇ ਕੰਮ ਕਰਨਾ, ਸਫਾਈ ਕਰਨ ਜਾਂ ਬੱਚਿਆਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਅਗਲੇ ਸਾਲ 1946 ਦੇ ਵਿੱਚ ਇੱਥੇ ਬਰਾਬਰੀ ਦੇ ਅਧਿਕਾਰਾਂ ਦੀ ਗਰੰਟੀ ਵਾਲਾ ਕਾਨੂੰਨ ਵੀ ਪਾਸ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਔਰਤਾਂ ਦੇ ਵੱਲੋਂ ਇਹ ਦੂਸਰੀ ਹੜਤਾਲ ਹੈ। ਹਾਲਾਂਕਿ ਹੜਤਾਲ ਸਹੀ ਨਹੀਂ ਹੁੰਦੀ, ਪਰ ਜਿੱਥੇ ਤੁਹਾਡੇ ਆਪਣੇ ਹੱਕਾਂ ਦੀ ਮੰਗ ਹੋਵੇ ਤਾਂ ਉੱਥੇ ਤੁਹਾਨੂੰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖਣੀਆਂ ਜ਼ਰੂਰ ਚਾਹੀਦੀਆਂ। ਉੱਥੇ ਹੀ ਜੇਕਰ ਸਰਕਾਰ ਅਜਿਹੇ ਕਾਰੇ ਕਰ ਰਹੀ ਹੈ ਤਾਂ ਉਹਨਾਂ ਨੂੰ ਰੋਕਣ ਦਾ ਵੀ ਸਾਡਾ ਹੀ ਫਰਜ਼ ਹੈ, ਕਿਉਂਕਿ ਸਰਕਾਰਾਂ ਸਾਡੇ ਪੈਸੇ ਦੇ ਸਿਰਾਂ ਤੇ ਚੱਲਦੀਆਂ ਨੇ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤਰੀਕੇ ਦੀਆਂ ਹੜਤਾਲਾਂ ਬੇਹੱਦ ਜ਼ਰੂਰੀ ਵੀ ਹੋ ਜਾਂਦੀਆਂ ਨੇ। ਭਾਰਤ ਵਰਗੇ ਦੇਸ਼ ਦੀ ਗੱਲ ਕਰੀਏ, ਬਾਲੀਵੁੱਡ ਇੰਡਸਟਰੀਜ਼ ਦੇ ਵਿੱਚ ਵੀ ਕਾਫੀ ਅਸੀਂ ਇੰਟਰਵਿਊ ਸੁਣਦੇ ਨੇ ਜਿਸ ਦੇ ਵਿੱਚ ਅਜਿਹੇ ਬਥੇਰੇ ਖੁਲਾਸੇ ਹੁੰਦੇ ਹੋਏ ਨਜ਼ਰ ਆਉਂਦੇ ਨੇ। ਬਾਲੀਵੁੱਡ ਦੀ ਛੱਡੋ, ਅਸੀਂ ਅਗਰ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਗੱਲ ਕਰਦੇ ਹਾਂ, ਉੱਥੇ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਜੈਂਡਰ ਇਕੁਐਲਿਟੀ ਨਹੀਂ ਦੇਖਣ ਨੂੰ ਮਿਲਦੀ ਹੈ। ਇਸ ਦੇ ਨਾਲ
ही कई अजिहे अदारे भी ने, चाहे विद्यक होवे, चाहे पॉलिटिशियंस होवे, या फिर कई होर वड्डी एमएनसीज होवे, उत्थे भी वितकरे देखण नूं मिलदे ने तनखाहां दे विच भी। तो अजिहे होर भी मामले आ, उत्थे ही लोकां नूं आप नूं सुचेत ते सावधान होण दी लोड़ है। ते दूसरी गल इह वी है कि जेकर साडे एजुकेशन सिस्टम दे विच बदलाव कीता जावे ते जिहड़े नैतिक सिद्धांत ने उह लोकां नूं दस्से जाण तां शायद लोक अपने हक्कां दे लई मंग कर सकदे ने ते हक्कां दे लई लड़ भी सकदे ने। जेकर साडे एजुकेशन सिस्टम दे विच अजिहे रूल्स लेके आण कि जेकर बच्चा कोई हेलमेट नहीं पा रहा है या फिर 18 साल तो घट उम्र दा बच्चा है, जेकर उह कह लिए कि स्कूटर या बाइक चलांदा है, उसके उपर कहो जिहा सख्त एक्शन हो सकते हैं, या फिर जेकर कोई व्यक्ति हेलमेट बिना पाए घर तो बाहर जाता है और उसनों कोई मजबूरी होंगी तो अचानक वह भुल जाता है तो ड्राइविंग लाइसेंस भुल जाता है, तो अजिहा केड़ा कानून है कि वह अपनी रक्षा कर सकता है। इस नाल ही अजे होर भी कानून है जिथे सरकारां नूं लोकां नूं सुचेत करन दी जरूरत हुंदी है। इस तरीके दीआं वड्डीआं ते ताज़ीआं खबरां देखण दे लई जुड़े रहो तो टीवी एनआरआई दे नाल।